ਤੇ ਸਾਡੇ ਮੁੰਡੇ ਸਰ 16 ਸਾਲ ਦੀ ਉਮਰ 'ਚ ਖੋਤਾ ਕਟਿੰਗ ਕਰਾਉਣ ਲੱਗ ਪੈਂਦੇ। ਇਹਨਾਂ ਦੀ ਕਟਿੰਗ ਵੇਖੋ, ਮੂੰਹ ਚੂਸੀ ਅੰਬੀ ਤਰ੍ਹਾਂ ਨਿਕਲ ਆਉਂਦੇ। ਸੱਚੀ ਗੱਲ ਕਰ, ਇਹਨਾਂ ਦੇ ਕੰਨਾਂ 'ਚ ਮੁਰਕੀਆਂ ਕਸਮਿਆਂ, ਮੁੰਡਿਆਂ ਨੂੰ ਵੇਖੋ ਮੁੰਦਰੀਆਂ ਪਾਲੀਆਂ, ਡੋਰੀਆਂ ਪਾਲੀਆਂ, ਆ ਕਈ ਕਾਲੀਆਂ ਕਈ ਲਾਲ ਬੰਨੀ ਫਿਰ ਦੇਣ, ਡੋਰੀਆਂ ਪਾਈ ਫਿਰ ਦੇਣ। ਵੇਖ ਲਓ ਕੋਈ ਚਰਚ ਪੀਂਦਾ ਹੈ, ਕੋਈ ਆਇਸ ਪੀਂਦਾ ਹੈ, ਆਇਸ ਤਾਂ ਅੱਜ ਕੱਲ੍ਹ ਨਸ਼ਾ ਚੱਲ ਰਿਹਾ, ਕੋਈ ਸੂਟਾ ਲਾਈ ਜਾਂਦਾ। ਔਰ ਨਹੀਂ ਮੌਲਵੀ ਜੀ, ਐਵੇਂ ਸ਼ੁਗਰ ਹੀ ਰੱਖਿਆ, ਸ਼ੁਗਰ 'ਚ ਮੁੜ ਕੇ ਪੰਨੀ ਘੈ ਬਣ ਜਾਂਦੇ ਨੇ। ਸਹੀ ਗਾ, ਇਹ ਕੋਈ ਸ਼ੁਗਰ ਹੈ? ਉਹ ਪੁੱਤਰੋ ਨਸ਼ੇ ਤੋਂ ਬਚੋ। ਤੁਹਾਡੇ ਮਾਂ ਪਿਓ ਨੇ ਮੰਨਤਾ ਮੰਨ ਕੇ ਮੌਲਵੀਆਂ ਕੋ ਦੁਆਵਾਂ ਕਰਾ ਕੇ ਤੁਹਾਨੂੰ ਜੰਮਿਆ ਕਿ ਆਲਾ ਪੁੱਤਰ ਦੇ ਦੇਗਾ ਲਾਵਾਂਗੇ, ਤੇ ਤੂੰ ਦੇਗਾ ਹੀ ਵੇਚਣ ਲੱਗ ਪਿਆ। ਸਹੀ ਗਾ, ਉਹ ਹੱਸਣ ਵਾਲੀ ਗੱਲ ਨਹੀਂ, ਉਹ ਗੱਲ ਤੇ ਪਰਖਣ ਵਾਲੀ। ਮੈਂ ਗੱਲਾਂ ਜਿਹੜੀਆਂ ਕਰ ਰਿਹਾ ਇਹਨੂੰ ਪੱਲੇ ਬੰਨੋ। ਪਹਿਲੇ ਮੌਲਵੀਆਂ ਦੀ ਜ਼ਬਾਨ 'ਚ ਅਸਰ ਪਤਾ ਕਿਉਂ ਹੁੰਦਾ ਸੀ? ਬਾਬਾ ਜੀ ਸ਼ਮਸ਼ਾਨ ਤਕਰੀਬ ਪੈ ਕਰਨ ਤੇ ਅੱਗੇ ਹਿੰਦੂ ਬੈਠੇ, ਜਿਨ੍ਹਾਂ ਨੂੰ ਬ੍ਰਾਹਮਣ ਵੀ ਆਪਣੇ ਚੌਂਤਰੇ 'ਤੇ ਨਹੀਂ ਚੜ੍ਹਨ ਦਿੰਦੇ। ਜਿਹੜੇ ਬ੍ਰਾਹਮਣ ਸੀ ਨਾ, ਉਹ ਚੜ੍ਹਨ ਨਹੀਂ ਦੇ। ਅਸੀਂ ਅੰਮ੍ਰਿਤਸਰੋਂ ਆਏ, ਸਾਡਾ ਦਾਦਾ ਸਾਨੂੰ ਦੱਸਦਾ ਹੁੰਦਾ ਸੀ ਅੰਮ੍ਰਿਤਸਰੋਂ ਅਸੀਂ ਆਏ ਤੇ ਹੈ ਕੋ ਅੰਮ੍ਰਿਤਸਰੀਆ ਬੈਠਾ? ਮਾਸ਼ਾ ਮੌਲੀ ਸਾਹਿਬ ਵੀ ਲੈ, ਫਿਰ ਤੇ ਹੀ ਪੇਟੀ ਭਰਾ ਹੋ ਗਏ, ਕੰਮ ਹੀ ਸਿੱਧਾ ਹੋ ਗਿਆ। ਗੱਲ ਤੇ ਅਸੀਂ ਤੇ ਅੰਮ੍ਰਿਤਸਰੀ ਆ ਨਾ, ਗੱਲ ਸੱਚ ਦੱਸਣ ਲੱਗੇ। ਜਿਹੜਾ ਬੰਦਾ ਬ੍ਰਾਹਮਣ ਦਾ ਸੀ ਨਾ, ਉਹ ਛੂਤ ਬਰਾਦਰੀ ਜਿਹੜੀ ਨੀਚ ਏ, ਉਹਨਾਂ ਹਿੰਦੂਆਂ ਨੂੰ ਆਪਣੇ ਚੌਂਤਰੇ ਤੇ ਨਹੀਂ ਸੀ ਪੈਂਦੇ। ਹੁਣ ਕਈ ਉਹਨਾਂ ਦੀ ਲੜੀ ਚੋਂ ਤੁਰੇ ਆਉਂਦੇ, ਹਜੇ ਤੱਕ ਆਪਣੇ ਮੁਲਾਜ਼ਮ ਦਾ ਜੂਠਾ ਨਹੀਂ ਪੀਂਦੇ, ਭਾਂਡੇ ਵੱਖਰੇ ਰੱਖੇ ਨੇ। ਆ ਕਈ ਦੁਕਾਨਾਂ ਵਾਲਿਆਂ ਨੇ ਗਾਹਕਾਂ ਲਈ ਹੋਰ ਗਲਾਸ ਰੱਖੇ, ਆਪਣੇ ਲਈ ਹੋਰ ਰੱਖੇ, ਆਪਣੇ ਲਈ ਉਹ ਬੈਂਚ ਦੇ ਥੱਲਿਓਂ ਕੱਢ ਦੇਣ। ਕਿਉਂ ਜੀ, ਇੰਜ ਹੀ ਰਹਿਣਾ? ਤੇ ਜਿਹੜੇ ਲੋਕਾਂ ਲਈ ਉਹ ਤੇ ਸਾਹਮਣੇ ਪਿਆ ਹੁੰਦਾ ਵੀ ਚੁੱਲੀ ਲੱਗੀ ਹੁੰਦੀ, ਉਹ ਪੀਤੀ, ਉਹਨਾਂ ਸੰਗਲੀ ਲਾਈ ਹੁੰਦੀ ਤੇ ਪੱਲੇ ਕੀ ਹੈ ਜਿਹੜੀ ਸੰਗਲੀ ਲਾ ਦਿੱਤੀ ਜਿਹਨੂੰ ਲੈ ਜਾਣਾ। ਮੈਂ ਸਹੀ ਕਹਿੰਦਾ, ਸੰਗਲੀ ਨਹੀਂ ਲਾਵਾਂਗੇ, ਹੱਥ ਖੜੇ ਕਰੋ, ਵਾਅਦਾ ਕਰੋ। ਮੈਂ ਤੁਹਾਨੂੰ ਨਹੀਂ ਕਹਿੰਦਾ, ਮੈਂ ਲੋਕਾਂ ਨੂੰ ਕਹਿੰਦਾ ਜਿਨ੍ਹਾਂ ਨੈੱਟ ਤੇ ਮੈਨੂੰ ਸੁਣਨਾ ਹੈ, ਤੇ ਉਹਨਾਂ ਨੂੰ ਪੈਗਾਮ ਜਾਵੇ ਕਿ ਗਲਾਸ, ਜਿਹੜੇ ਲੋਕ ਕਹਿੰਦੇ ਨੇ ਨਾ ਕਿ ਪਾਕਿਸਤਾਨ ਦੀ ਪੁਲਿਸ ਜਿਹੜੀ ਏ ਉਹ ਇੰਜਦੀ ਏ, ਅੱਜ ਮਸਲਾ ਸੁਣ ਲਓ, ਝੱਲਿਆ ਇੱਕ ਪੁਲਿਸ ਵਾਲੇ ਦੀ ਗਲਤੀ ਸਾਰੀ ਪੁਲਿਸ ਨੂੰ ਗੰਦਾ ਕਹਿਣਾ, ਉਹ ਵੀ ਤੇ ਹੈਗੇ ਨੇ ਜਿਹੜੇ ਸਾਰਾ ਸਾਲ ਨਾਕੇ ਤੇ ਰਹਿ ਕੇ ਆਪਾਂ ਟੈਟਸ ਕਰਾ ਲੈਂਦੇ, ਨਾਕੇ ਤੇ ਰਹਿ ਕੇ ਪੁਲਿਸ ਵਾਲੇ ਵਿਚਾਰੇ ਆਪਾਂ ਟੈਟਸ ਹੋ ਜਾਂਦੀ ਲਿੱਦ ਫੱਕ ਫੱਕ ਕੇ, ਤੇ ਤੁਸੀਂ ਤੇ ਇਹਨਾਂ ਪੁਲਿਸ ਵਾਲਿਆਂ ਦਾ ਦੇਣ ਹੀ ਨਹੀਂ ਦੇ ਸਕਦੇ। ਚੱਲਿਓ ਇਹ ਨਾ ਕਿਆ ਕਰੋ ਜੀ, ਪਾਕਿਸਤਾਨ 'ਚ ਤੇ ਕੋਈ ਬੰਦਾ ਐਕਸੀਡੈਂਟ ਹੋਵੇ ਤੇ ਲੋਕੀ ਉਹਦੀ ਜੇਬਾਂ ਫੁੱਲਣ ਲੱਗ ਪੈਂਦੇ, ਪਰ ਜੇ ਕੋਈ ਦੋ ਜੇਬਾਂ ਫੁੱਲਣ ਵਾਲੇ ਨੇ ਤੇ 20 ਹਸਪਤਾਲ ਲਿਜਾਣ ਵਾਲੇ ਵੀ ਹੈਗੇ।